ਮਾਨਸਾ ਦੇ ਪਿੰਡ ਰੜ ਵਿੱਚ ਪ੍ਰਦੇਸੀ ਕਲਾ ਮੰਚ ਦੇ ਸੰਚਾਲਕ ਵੱਲੋਂ ਜਾਗ ਲੋਕਾ ਜਾਗ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਕਈ ਨਾਮਵਰ ਕਹਾਣੀਕਾਰਾਂ ਨੇ ਆਪਣੀ ਕਵਿਤਾਵਾਂ ਨਾਲ ਲੋਕਾਂ ਵਿੱਚ ਵੱਧ ਰਹੇ ਮਾੜੇ ਸੱਭਿਆਚਾਰ ਨੂੰ ਘੱਟ ਕਰਨ, ਨੈਤਿਕ ਰਿਸ਼ਤਿਆਂ ਦੀ ਕਦਰਾਂ ਅਤੇ ਪੰਜਾਬ ਦੇ ਅਸਲੀ ਸੱਭਿਆਚਾਰ ਨੂੰ ਮੁੜ ਮਿੱਠਾ ਕਰਨ ਲਈ ਉਪਰਾਲਾ ਕੀਤਾ ਗਿਆ। ਕਵਿਤਾ ਦੀ, ਗੀਤਾਂ ਦੀ, ਗੀਤਾਂ ਰਾਹੀਂ ਜਾਗਰੂਕਤਾ ਦੀ ਲੋੜ ਹੈ ਤਾਂ ਕਿ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਅਤੇ ਜਿੱਥੇ ਕਿਤੇ ਕਵਿਤਾ ਨਹੀਂ ਪਹੁੰਚੀ ਉਹਨਾਂ ਚੀਜ਼ਾਂ ਦੇ ਵਿੱਚ ਜਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਕਵਿਤਾ ਰਾਹੀਂ ਕਵੀ ਕੀ ਸੁਨੇਹਾ ਦਿੰਦਾ। ਅਤੇ ਅੱਜ ਰੜ ਪਿੰਡ ਦੇ ਵਿੱਚ ਆ ਕੇ ਇਹਨਾਂ ਦਾ ਜੱਦੀ ਪਿੰਡ ਹੈ, ਬਹੁਤ ਸੋਹਣਾ ਲੱਗਿਆ ਕਿਉਂਕਿ ਸਾਰੇ ਮੇਰੇ ਨਾਲ ਖੜ੍ਹੇ ਨੇ ਵੀਰ ਜੀ, ਇੱਧਰ ਸਾਰੇ ਪਿੰਡ ਵਾਸੀਆਂ ਨੇ, ਮਾਵਾਂ ਭੈਣਾਂ ਨੇ ਬਹੁਤ ਸਹਿਯੋਗ ਦਿੱਤਾ, ਖਾਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਥੋਂ ਦੀ ਪੰਚਾਇਤ ਦਾ ਸਹਿਯੋਗ ਰਿਹਾ। ਮੈਂ ਇਸ ਨਗਰ ਦੀ ਰੜ ਪਿੰਡ ਦੀ ਪੰਚਾਇਤ ਦਾ ਅਤੇ ਗੁਰਦੁਆਰਾ ਕਮੇਟੀ ਦਾ ਬਹੁਤ ਧੰਨਵਾਦੀ ਹਾਂ, ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਅਸੀਂ ਇਹ ਫਿਰ ਪ੍ਰੋਗਰਾਮ ਇੱਥੇ ਰੜ ਪਿੰਡ ਦੇ ਵਿੱਚ ਰੱਖਿਆ ਕਿ ਜਾਗ ਲੋਕਾਂ ਜਾਗ ਦਾ ਅਸੀਂ ਸਲੋਗਨ ਲੈ ਕੇ ਤੁਰੇ ਹਾਂ ਵੀ ਲੋਕਾਂ ਨੂੰ ਦੱਸੀਏ ਵੀ ਨਸ਼ਿਆਂ ਦੇ ਖਿਲਾਫ ਹੋਰ ਜਿਹੜੀਆਂ ਭੈੜੀਆਂ ਸਮਾਜਿਕ ਬਿਮਾਰੀਆਂ ਨੇ, ਸਮਾਜਿਕ ਕੁਰੀਤੀਆਂ ਨੇ, ਕਿਵੇਂ ਅਸੀਂ ਇਹਨਾਂ ਦੇ, ਸਾਨੂੰ ਆਪ ਖੜ੍ਹੇ ਹੋਣਾ ਪੈਣਾ ਹਰ ਗੱਲ ਵਿੱਚ।